ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਦੇ ਚੈਨਲ ਅਨਪਲੈਨਡ ਆਈ ਦੇ ਵਿੱਚ ਅੱਜ ਮੈਂ ਇੰਟਰੋਡਕਸ਼ਨ ਦੇ ਰਿਹਾ ਵੀਡੀਓ ਦੀ ਜਿਹੜੀ ਕਿ ਅਸੀਂ ਹੁਣੇ ਰੀਸੈਂਟਲੀ ਟ੍ਰਿਪ ਕੀਤਾ ਐਲਬਰਟਾ ਦੇ ਵਿੱਚ ਜਿਹਦੇ ਅਸੀਂ ਤਿੰਨ ਚਾਰ ਜਗ੍ਹਾ ਗਏ ਐਲਬਰਟਾ ਦੇ ਵਿੱਚ ਅਤੇ ਅਸੀਂ ਫਰੈਂਡਸ ਇਕੱਠੇ ਹੋਏ ਸੀਗੇ ਅਤੇ ਅਸੀਂ ਆਰ ਵੀ ਬੁੱਕ ਕੀਤੀ ਉੱਥੇ ਫਿਰ ਉਹ ਤੋਂ ਬਾਅਦ ਟ੍ਰਿਪ ਕੀਤਾ ਸੋ ਇਹ ਉਸੇ ਬਾਰੇ ਹੈ ਸਾਰਾ ਕੁਛ ਅਤੇ ਇੰਟਰੋਡਕਸ਼ਨ ਮੈਂ ਰਿਕਾਰਡ ਕਰਨੀ ਭੁੱਲ ਗਿਆ ਸੀ ਕਹਿ ਲਓ ਜਾਂ ਫਿਰ ਕਾਲ ਕਾਲ ਦੇ ਵਿੱਚ ਰਿਕਾਰਡ ਕੀਤੀ ਸੀ ਅਤੇ ਉਹ ਪਤਾ ਨਹੀਂ ਮਿਸਪਲੇਸ ਹੋ ਗਈ ਮੇਰੇ ਤੋਂ ਤਾਂ ਮੈਂ ਕਿਹਾ ਵੀ ਚਲੋ ਇੱਕ ਵਾਰ ਦੁਬਾਰਾ ਇੰਟਰੋਡਕਸ਼ਨ ਦੇ ਦਿੰਦੇ ਹਾਂ ਇਹਦੇ ਵਿੱਚ ਜਿਹੜੀ ਸਭ ਨਾਲੋਂ ਵੱਡੀ ਗੱਲ ਹੈ ਉਹ ਇਹ ਕਿ ਮੈਂ ਬਾਹਲਾ ਜ਼ਿਆਦਾ ਕੁਛ ਐਕਸਪਲੇਨ ਨਹੀਂ ਕੀਤਾ ਹੋਇਆ ਜਾਂ ਬੋਲਿਆ ਨਹੀਂ ਹੋਇਆ ਜ਼ਿਆਦਾਤਰ ਤੁਹਾਨੂੰ ਇਹਦੇ ਵਿੱਚ ਮਿਊਜ਼ਿਕ ਦੇ ਉੱਤੇ ਵਿਊਜ਼ ਦੇਖਣ ਨੂੰ ਮਿਲਣਗੇ ਜੋ ਕਿ ਐਡਮਿੰਟਨ ਦੇ ਵਿੱਚ ਓਬਵੀਅਸਲੀ ਬਹੁਤ ਸੋਹਣੇ ਹੈ ਅਤੇ ਦੂਜੀ ਚੀਜ਼ ਜਿਹੜੀ ਹੈਗੀ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਬੁੱਕ ਕੀਤੀਆਂ ਨੇ ਉਹ ਅਸੀਂ ਐਕਸਪਲੇਨ ਕਰੂੰਗਾ ਮੈਂ ਤੁਹਾਨੂੰ ਵੀ ਆਰ ਵੀ ਕਿਵੇਂ ਬੁੱਕ ਕੀਤੀ ਆਰ ਵੀ ਦੀ ਕੋਸਟ ਕਿੰਨੀ ਕੁ ਸਾਨੂੰ ਪਈ ਹੈ ਕੀ ਸਿਸਟਮ ਬਣਿਆ ਸੀ ਆਰ ਵੀ ਦਾ ਸਾਰਾ ਉਹ ਸਭ ਕੁਛ ਤੁਹਾਨੂੰ ਮੈਂ ਐਕਸਪਲੇਨ ਕਰੂੰਗਾ ਉਹਦੇ ਵਿੱਚ ਉਹਦੇ 'ਤੇ ਅੱਡ ਵੀਡੀਓ ਬਣਾਊਂਗਾ ਅਤੇ ਇਹ ਤਿੰਨ ਚਾਰ ਦਿਨ ਦੀਆਂ ਵੀਡੀਓਜ਼ ਹੋਣਗੀਆਂ ਕਿਉਂਕਿ ਸਾਡਾ ਟ੍ਰਿਪ ਲੰਮਾ ਸੀਗਾ ਤਾਂ ਕਰਕੇ ਉਹ ਜਿਵੇਂ ਜਿਵੇਂ ਅਸੀਂ ਜਾਂਦੇ ਰਹੇ ਹਾਂ ਘੁੰਮਦੇ ਫਿਰਦੇ ਰਹੇ ਹਾਂ ਸਾਰਾ ਕੁਛ ਬੁੱਕ ਕੀਤਾ ਉਹ ਦੱਸੂੰਗਾ ਅਤੇ ਇੱਕ ਮੈਂ ਪ੍ਰੋਪਰ ਐਕਸਪਲੇਨ ਕਰ ਦੂੰਗਾ ਵੀਡੀਓ ਵੀ ਕਿੰਨੀ ਕੁ ਸਾਡੀ ਟ੍ਰਿਪ ਦੀ ਕੋਸਟ ਆਈ ਸੀਗੀ ਅਤੇ ਕਿੰਨਾ ਕੁ ਸਾਡਾ ਸਾਰਾ ਜਿਹੜਾ ਬਜਟ ਸੀਗਾ ਉਹ ਬਣਿਆ ਅਤੇ ਚਲੋ ਜੀ ਫਿਰ ਵੀਡੀਓ ਸ਼ੁਰੂ ਕਰਦੇ ਹਾਂ ਅਤੇ ਵੀਡੀਓਜ਼ ਬਾਹਲੀਆਂ ਵੱਡੀਆਂ ਵੀ ਨਹੀਂ ਹੋਣਗੀਆਂ ਬਟ ਵਿਊਜ਼ ਤੁਹਾਨੂੰ ਬਹੁਤ ਸੋਹਣੇ ਮਿਲਣਗੇ ਅਤੇ ਜੇ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਮਿਊਜ਼ਿਕ ਲਾ ਕੇ ਮਿਊਜ਼ਿਕ ਚੱਲ ਰਿਹਾ ਹੋਊਗਾ ਤਾਂ ਤੁਸੀਂ ਵਿਊਜ਼ ਵੀ ਇੰਜੋਏ ਕਰ ਸਕਦੇ ਹੋ ਮੈਂ ਜ਼ਿਆਦਾ ਵਿਊਜ਼ ਦੀ ਬਣਾਊਂਗਾ ਮੇਰੀ ਆਪਦੀ ਆਡੀਓ ਜਿਹੜੀ ਹੈਗੀ ਹੈ ਘੱਟ ਹੋਊਗੀ ਮੈਂ ਕੋਸ਼ਿਸ਼ ਕਰੂੰਗਾ ਵੀ ਜ਼ਿਆਦਾ ਮੈਂ ਵਿਊਜ਼ ਬਣਾ ਸਕਾਂ ਜਾਂ ਫਿਰ ਮੈਂ ਕੋਸ਼ਿਸ਼ ਕਰੂੰਗਾ ਵੀ ਇੱਕ ਵੀਡੀਓ ਇਕੱਲੀ ਸਿਰਫ ਮਿਊਜ਼ਿਕ ਲਾ ਕੇ ਲਾਈਟ ਜਾਂ ਮਿਊਜ਼ਿਕ ਲਾ ਕੇ ਅਤੇ ਸਿਰਫ ਵਿਊਜ਼ ਦੀ ਬਣਾ ਦਿਆਂ ਸੋ ਟਰਾਈ ਕਰਦੇ ਹਾਂ ਜੀ ਕਾਫੀ ਦਿਨ ਹੋ ਗਏ ਸੀ ਮੈਨੂੰ ਵੈਸੇ ਵਾਪਸ ਆਏ ਨੂੰ ਬਟ ਅਨਫੋਰਚੁਨੇਟਲੀ ਟਾਈਮ ਹੀ ਨਹੀਂ ਲੱਗਿਆ ਆ ਕੇ ਕੰਮਾਂ ਕਾਜਾਂ 'ਚ ਇੰਨਾ ਕਿ ਬਿਜ਼ੀ ਹੋ ਗਏ ਵੀ ਵੀਡੀਓਜ਼ ਐਡਿਟ ਕਰ ਲਈਏ ਪਰ ਹੁਣ ਚਲੋ ਟਾਈਮ ਲੱਗਿਆ ਤਾਂ ਇਹ ਥੋੜ੍ਹੇ ਦਿਨਾਂ ਵਿੱਚ ਵਿੱਚ ਵੀਡੀਓਜ਼ ਆ ਜਾਣਗੀਆਂ ਚਲੋ ਜੀ ਫਿਰ ਕੰਟੀਨਿਊ ਕਰਦੇ ਹਾਂ ਵੀਡੀਓਜ਼ ਹੋਰ ਚੇਂਜ ਹੋ ਗਿਆ ਜੀ D38 ਤੋਂ D28 ਹੈ ਅਸੀਂ ਥੋੜ੍ਹੇ ਪਜ਼ਲ ਹੋ ਗਏ ਕੀ ਚੱਕਰ ਹੈ
ਬਾਏ ਸ਼ਰਮ ਹੀ ਆਉਣੀ ਚਾਹੀਦੀ ਗੱਡੀ 'ਚ ਬੜਿਆ ਬੈਠਾ ਛੋਟੀ ਸਾਹਿਬ ਰੱਖਿਓ ਮਾੜਾ ਜਿਹਾ ਹਾਂਜੀ ਅਤੇ ਐਡਮਿੰਟਨ ਪਹੁੰਚ ਗਏ ਜੀ ਹੋਟਲ ਬੁੱਕ ਕੀਤਾ ਹੋਇਆ ਸੋ ਮੈਂ ਕਿਹਾ ਤੁਹਾਨੂੰ ਇੱਕ ਵਾਰ ਵਿਊ ਦੇ ਦਿਆਂ ਰੂਮ ਦਾ ਦੋ ਕੁਈਨ ਬੈਡਸ ਲੱਗੇ ਹੋਏ ਆ ਰਾਤ ਦਾ ਟਾਈਮ ਹੈ ਅਸੀਂ ਲੇਟ ਹੀ ਬਹੁਤ ਜ਼ਿਆਦਾ ਆਇਆ ਤਾਂ ਆਈ ਡੋਂਟ ਨੋ ਕਿ ਬਾਹਰ ਵਿਊ ਕਿਹੋ ਜਿਹਾ ਇੱਥੋਂ ਬਟ ਮੋਰਨਿੰਗਸ ਦੇਖਦੇ ਹਾਂ ਆਹ ਰੂਮ ਹੈ ਜੀ ਅਤੇ ਆਹ ਇੱਧਰ ਵਾਸ਼ਰੂਮ ਹੈ ਲਾਈਟ ਛੱਡ ਕੇ ਦਿਖਾਉਂਦੇ ਤੁਹਾਨੂੰ